ਹਰਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਜੋਤੇਵਾਲ ਆਪ ਸਭ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ। ਅੱਜ ਮੈਂ ਆਪ ਸਭ ਜੀ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਗੱਲਾਂ ਸਾਂਝੀਆਂ ਕਰਾਂਗੀ। ਗੁਰੂ ਫਤਿਹ ਦੀ ਸਾਂਝ ਕਰੋ ਗੁਰੂ ਪਿਆਰਿਓ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਗੁਰੂ ਬਹੁੜੋ ਉਪਕਾਰ ਕਰੋ, ਫਸਿਆ ਮੰਝ ਤਾਰ ਮੇਰਾ ਬੇੜਾ ਅੱਜ ਪਾਰ ਕਰੋ। ਇੰਨੀ ਬੇਨਤੀ ਕਰਦਿਆਂ ਹੋਇਆਂ ਬਲਿਹਾਰੇ ਜਾਈਏ ਮੱਖਣ ਸ਼ਾਹ ਲੁਬਾਣੇ ਦੇ, ਜਿਨ੍ਹਾਂ ਦੀ ਬੇਨਤੀ 'ਤੇ ਗੁਰੂਆਂ ਨੇ ਦਰਸ਼ਨ ਦਿੱਤੇ ਅਤੇ ਨੌਵੇਂ ਗੁਰੂ ਹੋ ਇਸ ਜੱਗ ਦਾ ਬੇੜਾ ਤਾਰਿਆ। ਹਰਗੋਬਿੰਦ ਗੁਰੂ ਦੇ ਪੁੱਤਰ ਤੇਗ ਬਹਾਦਰ ਪਿਆਰੇ, ਮਾਤਾ ਸਾਹਿਬ ਨਾਨਕੀ ਜੀ ਦੇ ਰੋਸ਼ਨ ਅੱਖੀ ਤਾਰੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸੰਨ 1621 ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਅਤੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਵਿੱਚ ਹੋਇਆ। ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਨ ਦੁਖੀਆਂ ਦੀ ਸੇਵਾ ਕਰਦਿਆਂ ਹੋਇਆਂ ਆਪਣੇ ਅੰਤਿਮ ਸਵਾਸਾਂ ਨੂੰ ਗਿਣ ਰਹੇ ਸਨ ਤਾਂ ਕੁਝ ਸਾਧ ਸੰਗਤਾਂ ਦੇ ਪੁੱਛਣ 'ਤੇ ਕਿ ਸਾਡੇ ਅਗਲੇ ਗੁਰੂ ਕੌਣ ਹੋਣਗੇ, ਉਹਨਾਂ ਨੇ ਬਾਬਾ ਬਕਾਲਾ ਕਿਹਾ ਅਤੇ ਮੱਥਾ ਟੇਕ ਦਿੱਤਾ, ਜਿਸਦਾ ਨਿਸ਼ਾਨਾ ਇਹ ਸੀ ਕਿ ਸਾਡੇ ਅਗਲੇ ਗੁਰੂ ਬਾਬਾ ਬਕਾਲਾ ਵਿੱਚ ਹਨ। ਇਹ ਸੁਣਦਿਆਂ ਸਰ ਬਹੁਤ ਸਾਰੇ ਭੇਖੀਆਂ ਪਖੰਡੀਆਂ ਨੇ ਆਪਣੀਆਂ ਗੱਦੀਆਂ ਉੱਥੇ ਸਥਾਪਿਤ ਕਰ ਲਈਆਂ ਅਤੇ ਆਪਣੇ ਆਪ ਨੂੰ ਨੌਵੇਂ ਗੁਰੂ ਦਾ ਦਰਜਾ ਦੇਣਾ ਆਰੰਭ ਕਰ ਦਿੱਤਾ। ਪਰ ਸੱਚ ਦੇ ਸੂਰਜ ਨੂੰ ਕੌਣ ਲੁਕੋ ਸਕਦਾ ਹੈ? ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਹੋਇਆ ਅਤੇ ਆਪ ਦੇ ਘਰ ਗੋਬਿੰਦ ਰਾਏ ਨਾਂ ਦੇ ਬਾਲਕ ਨੇ ਜਨਮ ਲਿਆ। ਆਪ ਜੀ ਦੀ ਬਾਣੀ। ਆਪ ਜੀ ਨੇ 59 ਪਦੇ, 15 ਰਾਗਾਂ ਅਤੇ 57 ਸਲੋਕਾਂ ਵਿੱਚ ਬਾਣੀ ਰਚੀ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਲੋਕ ਮਹੱਲਾ 9 ਹੇਠ ਦਰਜ ਹੈ। ਆਪ ਜੀ ਨੇ ਆਸਾ, ਰਾਮਕਲੀ, ਜੈਤਸਰੀ, ਜੈ ਜਵੰਤੀ, ਬਸੰਤ, ਤੇਲਕ ਆਦਿ ਰਾਗਾਂ ਵਿੱਚ ਬਾਣੀ ਰਚੀ। ਆਪ ਜੀ ਨੇ ਲੋਕਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਲਈ ਕਈ ਉਦਾਸੀਆਂ ਕੀਤੀਆਂ ਅਤੇ ਬਹੁਤ ਸਾਰੇ ਨਗਰ ਵਸਾਏ, ਜਿਨ੍ਹਾਂ ਵਿੱਚੋਂ ਅਨੰਦਪੁਰ ਸਾਹਿਬ ਇੱਕ ਹੈ। ਸਿੱਖਿਆਵਾਂ। ਇਸ ਸੰਸਾਰ ਵਿੱਚ ਰਹਿ ਕੇ ਅਸੀਂ ਉਸ ਪਰਮਾਤਮਾ ਨੂੰ ਕਿਵੇਂ ਪਾ ਸਕਦੇ ਹਾਂ, ਸਾਨੂੰ ਬੜੇ ਹੀ ਸਰਲ ਤਰੀਕੇ ਨਾਲ ਸਮਝਾਇਆ। ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਉ। ਉਸ ਨੂੰ ਲੱਭਣ ਦੇ ਲਈ ਜੰਗਲਾਂ ਵਿੱਚ ਜਾਣ ਦੀ ਕੀ ਲੋੜ ਹੈ? ਉਹ ਸਭ ਵਿੱਚ ਵਸਣ ਵਾਲਾ ਹੈ, ਮਾਇਆ ਤੋਂ ਪਰੇ ਹੈ, ਉਹ ਮਨੁੱਖ ਵਿੱਚ ਹੀ ਵਸਦਾ ਹੈ। ਮਨੁੱਖੀ ਜਾਮਾ ਕਿੰਨਾ ਅਮੋਲਕ ਹੈ ਬਾਰੇ ਗੁਰੂ ਜੀ ਫਰਮਾਉਂਦੇ ਹਨ, ਇਸ ਨੂੰ ਅਜਾਇਬ ਨਹੀਂ ਗਵਾਉਣਾ ਚਾਹੀਦਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਇਸ ਸੰਸਾਰ ਦੇ ਸੁੱਖ ਜਿਸਨੂੰ ਅਸੀਂ ਸਭ ਕੁਝ ਮੰਨ ਬੈਠੇ ਹਾਂ, ਜਿਸਨੇ ਇਸਨੂੰ ਜਨਮ ਦਿੱਤਾ ਉਸਨੂੰ ਮਨੋ ਹੀ ਵਿਸਾਰ ਦਿੱਤਾ। ਇਹ ਧਰਤੀ ਇੱਕ ਰਹਿਣ ਵਸੇਰੇ ਤੋਂ ਵੱਧ ਹੋਰ ਕੁਝ ਵੀ ਨਹੀਂ ਰਹਿ ਗਈ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਪੀਤ। ਇਹ ਸੰਸਾਰ ਵਿੱਚ ਅਨੇਕਾਂ ਆਏ, ਅਨੇਕਾਂ ਗਏ, ਪਰ ਇਹ ਸੰਸਾਰ ਸਥਿਰ ਨਹੀਂ। ਰਾਮ ਗਇਓ, ਰਾਵਣ ਗਇਓ, ਜਾ ਕਉ ਬਹੁ ਪਰਿਵਾਰ, ਕਹਿ ਨਾਨਕ ਥਿਰ ਕਛੁ ਨਹੀਂ, ਸੁਪਨੇ ਜਿਉਂ ਸੰਸਾਰ। ਆਓ ਆਪਾਂ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉੱਤੇ ਚਾਨਣਾ ਪਾਈਏ। ਕੁਝ ਕਸ਼ਮੀਰੀ ਪੰਡਿਤਾਂ ਦੀ ਫਰਿਆਦ 'ਤੇ ਆਪ ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਦਿਆਲਾ ਜੀ ਦੇ ਨਾਲ ਦਿੱਲੀ ਵੱਲ ਨੂੰ ਚੱਲ ਪਏ। ਆਪ ਜੀ ਦਾ ਧਰਮ ਤੋਂ ਇਮਾਨ ਡੁਲਾਉਣ ਦੇ ਲਈ ਆਪ ਦੇ ਸਾਹਮਣੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਆਪ ਜੀ ਦੇ ਸਾਹਮਣੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਨ ਤੋਂ ਬਾਅਦ ਉਹਨਾਂ ਨੇ ਭਾਈ ਮਤੀਦਾਸ ਜੀ ਨੂੰ ਆਰਿਆ ਹੇਠ ਚੜਾਇਆ ਅਤੇ ਭਾਈ ਦਿਆਲਾ ਜੀ ਨੂੰ ਦੇਗ ਉੱਬਲ ਦੇ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ। ਇਹ ਸਭ ਵੇਖੇ ਆਪਨੇ ਆਪਣਾ ਹੌਸਲਾ ਨਾ ਹਾਰਿਆ, ਆਪਨੇ ਆਪਣਾ ਇਮਾਨ ਨਹੀਂ ਡੋਲਾਇਆ। ਆਪ ਜੀ ਦਾ ਹੌਸਲਾ ਨਾ ਹਾਰਿਆ ਹੋਇਆ ਵੇਖ ਔਰੰਗਜ਼ੇਬ ਨੇ ਆਪ ਜੀ ਦਾ ਸੀਸ ਧੜ ਨਾਲੋਂ ਅਲੱਗ ਕਰਨ ਦਾ ਹੁਕਮ ਜਲਾਲ ਜਲਾਲੂਦੀਨ ਨੂੰ ਦੇ ਦਿੱਤਾ। ਉਸ ਨੇ ਤਲਵਾਰ ਦੇ ਇੱਕ ਵਾਰ ਦੇ ਨਾਲ ਆਪ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਅਤੇ ਆਪ ਸ਼ਹੀਦੀ ਪ੍ਰਾਪਤ ਕਰ ਗਏ। ਰਾਤ ਦੇ ਹਨੇਰੇ ਵਿੱਚ ਚਾਂਦਨੀ ਚੌਂਕ ਦੇ ਚੌਰਾਹੇ ਵਿੱਚੋਂ ਭਾਈ ਜੈਤਾ ਜੀ ਆਪ ਜੀ ਦਾ ਸੀਸ ਚੁੱਕ ਕੇ ਆਪ ਜੀ ਦੇ ਸਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਗਏ ਅਤੇ ਉੱਥੇ ਆਪ ਜੀ ਦੇ ਸੀਸ ਦਾ ਸਤਿਕਾਰ ਸਹਿਤ ਸੰਸਕਾਰ ਕੀਤਾ ਗਿਆ। ਇਸੇ ਤਰ੍ਹਾਂ ਲੱਖੀ ਸ਼ਾਹ ਜੀ ਨੇ ਆਪ ਜੀ ਦੇ ਧੜ ਚੌਰਾਹੇ ਵਿੱਚੋਂ ਚੁੱਕਿਆ ਅਤੇ ਆਪਣੇ ਘਰ ਲੈ ਗਏ। ਉਹਨਾਂ ਨੇ ਆਪਣੇ ਪੂਰੇ ਘਰ ਨੂੰ ਅੱਗ ਲਗਾ ਕੇ ਆਪ ਜੀ ਦੇ ਧੜ ਦਾ ਅੰਤਿਮ ਸੰਸਕਾਰ ਕੀਤਾ। ਇੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਇਸ ਅਦੁੱਤੀ ਗੁਰੂ ਦੀ ਲਾਸਾਨੀ ਸ਼ਹੀਦੀ ਦਾ ਮੁੱਲ ਅਸੀਂ ਕਦੇ ਵੀ ਨਹੀਂ ਤਾਰ ਸਕਦੇ। ਇਸੇ ਲਈ ਤਾਂ ਕਹਿੰਦੇ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ। ਇੱਕ ਵਾਰ ਫਿਰ ਮੈਂ ਆਪ ਸਭ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ। ਭੁੱਲਾਂ ਚੁੱਕਾਂ ਮਾਫ਼ ਕਰਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।